ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ ਜੋਈਆ, ਅਤੇ ਤੁਸੀਂ ਦੇਖ ਰਹੇ ਹੋ ਪਿਆਰਾ ਪੰਜਾਬ ਟੀਵੀ। ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ। ਤਾਂ ਦੋਸਤੋ ਵੀਰੋ ਭਰਾਵੋ, ਜਿਵੇਂ ਕਿ ਤੁਹਾਨੂੰ ਪਤਾ, ਪਿਆਰਾ ਪੰਜਾਬ ਟੀਵੀ ਤੁਹਾਡੇ ਵਾਸਤੇ ਅਨਮੋਲ ਤੋਹਫੇ ਲੈ ਕੇ ਆਉਣਾ। ਇਸੇ ਤਰੀਕੇ ਨਾਲ ਹਰ ਜੁਮੇਰਾਤ ਭਾਈ ਯੂਸਫ ਜੱਟ ਦੀ ਬਾਹੜੀਆਂ ਦੀ ਵੀਡੀਓ ਲਾਈ ਦੀ ਹੈ। ਤਰੀਕ ਹੈਗੀ ਆ ਜੀ 18 ਅਪ੍ਰੈਲ, ਅਤੇ ਵਾਰ ਹੈਗਾ ਜੁਮੇਰਾਤ ਦਾ। ਇਨਸ਼ਾਅੱਲਾ ਤਾਲਾ ਬਫਜ਼ਲੇ ਖੁਦਾ ਹਰ ਜੁਮੇਰਾਤ ਭਾਈ ਯੂਸਫ ਦੀ ਵੀਡੀਓ ਲੱਗਿਆ ਕਰੇਗੀ, ਬਾਹੜੀਆਂ, ਦੁੱਧ ਵਾਲੇ ਅਤੇ ਗੱਭਣ ਡੰਗਰ। ਦੋਸਤਾਂ ਵੀਰਾਂ ਭਰਾਵਾਂ ਵਾਸਤੇ ਗੁਜ਼ਾਰਿਸ਼ ਹੈ, ਵੀਡੀਓ ਨੂੰ ਅੱਵਲ ਤੋਂ ਲੈ ਕੇ ਅਤੇ ਐਂਡ ਤੱਕ ਸੁਣਨਾ, ਤਾਂ ਕਿ ਡੰਗਰ ਦੀ ਸਾਰੀ ਡਿਟੇਲ ਦਾ ਪਤਾ ਲੱਗੇ। ਜਿਨ੍ਹਾਂ ਦੋਸਤਾਂ ਵੀਰਾਂ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਵਾਸਤੇ ਖਸੂਸੀ ਦਰਖਾਸਤ ਹੈ, ਆਪਣਾ ਚੈਨਲ ਪਿਆਰਾ ਪੰਜਾਬ ਟੀਵੀ ਇਹਨੂੰ ਸਬਸਕ੍ਰਾਈਬ ਕਰਨਾ ਹੈ। ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ। ਦੋਸਤਾਂ ਵੀਰਾਂ ਭਰਾਵਾਂ ਵਾਸਤੇ, ਪਿਆਰੇ ਸਬਸਕ੍ਰਾਈਬਰਾਂ ਵਾਸਤੇ ਮਿਹਨਤ ਕਰੀ ਦੀ ਹੈ, ਗਰਮੀ ਸਰਦੀ ਦਾ ਖਿਆਲ ਨਹੀਂ ਕਰੀਦਾ। ਦੋਸਤਾਂ ਵੀਰਾਂ ਭਰਾਵਾਂ ਨੂੰ ਨਵੇਂ ਤੋਹਫੇ ਵਹਾਈਦੇ ਨੇ, ਅਤੇ ਕਮ ਅਜ਼ ਕਮ ਲਾਈਕ ਲਾਜ਼ਮੀ ਕਰਿਆ ਕਰੋ। ਅਤੇ ਕੈਮਰਾਮੈਨ ਹੁਣ ਕਰਾ ਦੇਣੀ ਤਸੱਲੀਆਂ, ਅਤੇ ਬਾਕੀ ਜਿਹੜੀ ਗੱਲਬਾਤ ਹੈ ਉਹ ਲੈਂਦੇ ਹਾਂ ਭਾਈ ਯੂਸਫ ਕੋ, ਪੂਰੀ ਡੰਗਰਾਂ ਦੀ ਡਿਟੇਲ ਵੀ ਕਿੰਨੇ ਇਸ ਵਾਰੀ ਡੰਗਰ ਨੇ, ਅਤੇ ਕਿੰਨੇ ਦੁੱਧ ਵਾਲੇ ਨੇ, ਅਤੇ ਕਿੰਨੇ ਗੱਬਣ ਨੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਭਾਈ ਯੂਸਫ, ਆਵਾਜ਼ ਆ ਮੇਰਾ ਵੀਰ ਆਉਣੀ ਚਾਹੀਦੀ ਉੱਚੀ, ਕਿਉਂ ਸਾਡੇ ਦੋਸਤ ਵੀਰ ਭਰਾ ਜਿਹੜੇ ਨਾ ਉਹ ਮਾਲਕ ਦੀ ਆਵਾਜ਼ ਸੁਣਨਾ ਪਸੰਦ ਕਰਦੇ ਨੇ ਕਿ ਮਾਲਕ ਕੀ ਕਹਿ ਰਿਹਾ ਹੈ। ਠੀਕ ਹੋ ਗਿਆ। ਕਿੰਨੇ ਡੰਗਰ ਨੇ ਆਪਣੇ ਅੱਜ? 8 ਡੰਗਰ। ਮਾਸ਼ਾਅੱਲਾ ਜੀ, 8 ਡੰਗਰ ਨੇ, ਅਤੇ ਇਹਦੇ 'ਚੋਂ ਦੁੱਧ ਵਾਲੇ ਕਿੰਨੇ ਨੇ ਅਤੇ ਗੱਬਣ ਕਿੰਨੇ ਨੇ? 4 ਦੁੱਧ ਵਾਲੇ ਆ ਅਤੇ 6 ਗੱਬਣ ਆ। ਉਹ 10 ਹੋ ਗਿਆ, ਤੂੰ 8 ਦੱਸੀ ਜਾਂਦੀ। ਨਹੀਂ ਵੈਸੇ ਮੈਂ ਕਿੰਨੇ, 4 ਦੁੱਧ ਕੇ ਗੱਬਣਾਂ ਥੱਲੇ ਵੀ ਆਇਆ ਨਾ। ਹਾਂਜੀ, ਉਹ ਤਾਂ ਹੈਗਾ ਇਹਦੇ, ਯਾਨੀ ਕਿ ਟੋਟਲ 8 ਹੀ ਡੰਗਰ ਨੇ। 8 ਡੰਗਰ। ਅੱਛਾ, 4 ਗੱਬਣ ਦੇ ਵਿੱਚ ਹੈ। ਲਓ ਜੀ, ਕੈਮਰਾ ਮੈਂ ਤਸੱਲੀਆਂ ਕਰਾ ਦੇਣੀਆਂ ਨੇ। ਮਾਸ਼ਾਅੱਲਾ ਹਰ ਬੰਦੇ ਨੇ ਪੜ੍ਹਨੀ ਹੈ, ਅਤੇ ਮਾਸ਼ਾਅੱਲਾ ਦੇ 1 ਮਿੰਟ ਆਉਣੇ ਚਾਹੀਦੇ। ਇਹ ਜੀ ਛੋਟੀ ਨੰਬਰ ਹੈਗੀ ਹੈ 1, ਮਾਸ਼ਾਅੱਲਾ ਫੁੱਲ ਖੂਨ ਪਿੱਤ 'ਚ, ਨਿੱਕੀ ਨਿੱਕੀ ਸਿੰਗੀ ਹੈ, ਹੱਥ ਰੱਖਿਆ ਸਿੰਗੀ ਲੁਕਦੀ ਹੈ, ਕਿੰਗਰੀ ਵਾਲੀ ਸਿੰਗੀ ਹੈ, ਅਤੇ ਮਾਸ਼ਾਅੱਲਾ ਉੱਥੇ ਚੱਪਾ ਚੱਪਾ ਪਛਮ ਹੈ, ਲੈਣ ਦੇਣ ਆਉਂਦੇ ਨੇ ਮੁਕੱਦਰ, ਲੈਣੀਆਂ ਸਾਡੇ ਉਸ ਵੀਰ ਨੇ ਜਿੰਦੀ ਹੋਈਆਂ ਮੁਕੱਦਰਾਂ 'ਚ। ਕੈਮਰਾਮੈਨ ਤਸੱਲੀਆਂ ਕਰਾ ਦੇਣੀਆਂ ਨੇ, 1 ਗੱਡੀ ਦੀ ਮਾਲਕ ਹੈ, ਫੁੱਲ ਖੂਨ ਪਿੱਤ 'ਚ, ਅਤੇ ਮਾਸ਼ਾਅੱਲਾ ਸ਼ਹਿਜ਼ੋਰ ਡਾਲੇ 'ਚ ਲਦੀਜਣ ਵਾਲੀ ਇਕੱਲੀ ਮੱਝ ਹੈ, ਲੈਣ ਦੇਣੇ ਮੁਕੱਦਰ, ਲੈਣੀ ਸਾਡੇ ਉਸ ਵੀਰ ਨੇ ਜਿੰਦੀ ਹੋਈ ਮੁਕੱਦਰਾਂ 'ਚ। ਅਤੇ ਛੱਡ ਭਾ ਭਾਈ ਉਸ ਨੂੰ ਛੱਡ, ਕੈਮਰਾਮੈਨ ਤਸੱਲੀਆਂ ਕਰਾਉਂਦਾ ਪਿਆ, ਅਤੇ ਤਸੱਲੀਆਂ ਕਰਾ ਦੇਣੀਆਂ। ਘੋੜੇ ਦੇ ਸੁੰਬਾ ਰੰਗੇ ਪੈਰ ਨੇ, ਅਤੇ ਮਾਸ਼ਾਅੱਲਾ ਕਾਲੀਆਂ ਸ਼ਾਖਾਂ, ਬਰੀਕ ਬੂਥੀ, ਭਾਵੇਂ ਗਲਾਸ 'ਚ ਪਾਣੀ ਪਿਆ ਲਓ, ਹਰ ਚੀਜ਼ ਕੈਮਰੇ ਦੀ ਨਜ਼ਰ। ਅਤੇ ਅੱਲਾਹ ਤਾਲਾ ਨੇ ਬੜਾ ਪਾਵਰ ਵਾਲਾ ਗੁੱਲਾ ਲਾਇਆ, ਮੋਟਾ ਮੋਟਾ ਗੁੱਲਾ ਹੈ, ਅਤੇ ਮਾਸ਼ਾਅੱਲਾ ਲਾਟੂ ਵਾਲਾ ਗੁੱਲਾ ਹੈ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਲੈਣ ਦੇਣ ਆਉਂਦੇ ਨੇ ਮੁਕੱਦਰ, ਲੈਣੀਆਂ ਸਾਡੇ ਉਸ ਵੀਰ ਨੇ ਜਿੰਦੀ ਹੋਈਆਂ ਮੁਕੱਦਰਾਂ 'ਚ। ਚੋਣ ਦੀ ਡਿਟੇਲ ਲੈਂਦੇ ਹਾਂ ਝੋਟੀ ਨੰਬਰ 1 ਦੀ ਭਾਈ ਯੂਸਫ ਤੋਂ, ਵੀ ਕਿਸ ਪੋਜੀਸ਼ਨ 'ਚ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਜੀ। ਭਾਈ ਯੂਸਫ, ਝੋਟੀ ਨੰਬਰ 1 ਕੀ ਡਿਟੇਲ ਲੈਂਦੀ ਵਾ? ਇਹ ਗੱਬਣ 6 ਮਹੀਨੇ ਪੂਰੇ ਆ, 7ਵਾਂ ਸ਼ੁਰੂ। ਅੱਛਾ ਜੀ, ਮਾਸ਼ਾਅੱਲਾ 6 ਮਹੀਨੇ ਮੁਕੰਮਲ ਨੇ, ਅਤੇ 7ਵਾਂ ਮਹੀਨਾ ਇਹਨੂੰ ਸ਼ੁਰੂ ਹੈ। ਜੇ ਸਾਡਾ ਕੋਈ ਦੋਸਤ ਵੀਰ ਭਰਾ ਕਹੇ ਕਿ ਅਸੀਂ ਡਾਕਟਰ ਲਿਆ ਕੇ ਚੈੱਕ ਕਰਾਉਣੇ, ਅਤੇ ਗਰੰਟੀ ਸ਼ੁਦਾ ਚੈੱਕ ਕਰਾ ਕੇ ਲਿਜਾ। ਅੱਛਾ, ਅਤੇ ਦੁੱਧ ਇਹਨਾਂ ਕੋਲ, ਇਹਦੇ ਕੋਲ ਕਿੰਨਾ? ਥਣ ਚੈੱਕ ਆ। ਅੱਛਾ ਜੀ, ਥਣ ਚੈੱਕ ਕਰਾ ਦੀ, ਯਾਨੀ ਕਿ ਅੱਧਾ ਸਿਰ ਹੈ। ਹਾਂਜੀ, ਥਣਾਂ ਦੀ ਧਾਰਾ ਚੈੱਕ ਕਰਾ ਦੀ। ਕਰਾਉਂਦੀ 6 ਮਹੀਨੇ ਜੀ ਮੁਕੰਮਲ ਨੇ, 7ਵਾਂ ਇਹਨੂੰ ਸ਼ੁਰੂ ਹੈ, ਅਤੇ 12 ਇਹਨੂੰ ਕਿੰਨਾ ਮੇਰਾ ਵੀਰ? ਇਹ ਪਹਿਲਾਂ ਛੁੱਟੀ ਜੀ। ਅੱਛਾ ਜੀ, ਪਹਿਲਾ ਵਾਰਾ ਹੁਣ ਇਹਨੇ ਸੂਈ ਹੈ, ਅਤੇ ਦੂਜਾ ਸੁਣਾ। ਹਾਂਜੀ, ਦੂਜਾ ਸੁਣਾ, ਪਹਿਲਾ ਵਾਰਾ ਸੂਈ ਹੈਗੀ, 6 ਮਹੀਨਿਆਂ ਦੀ ਮੁਕੰਮਲ ਹੈ, 7ਵੇਂ ਮਹੀਨੇ 'ਚ ਪਈ ਹੋਈ ਹੈ। ਅਤੇ ਕੀ ਇਹਦੀ ਮੁਹੱਬਤ ਵਾਲੀ ਡਿਮਾਂਡ? ਝੋਟੀ ਨੰਬਰ 1 ਇਹਦਾ 2 ਦੂਸਰਾ 4.5 ਲੱਖ ਰੁਪਈਆ। ਅੱਛਾ, 4.5 ਲੱਖ ਰੁਪਈਆ।
ਅੱਛਾ, 4.5 ਚੋਂ ਪਿਆਰ ਮੁਹੱਬਤ ਕਿੰਨੀ ਕਰੇਗਾ? 15,000 ਕਰਨਾ। 15,000 ਰੁਪਇਆ ਇਹਦੇ ਚੋਂ ਪਿਆਰ ਮੁਹੱਬਤ ਹੋਵੇਗੀ, ਅਤੇ 4,35,000 ਰੁਪਇਆ ਫਾਈਨਲ ਰੇਟ ਹੈ ਝੋਟੀ ਨੰਬਰ 1 ਦਾ। ਝੋਟੀ ਨੰਬਰ 2 ਦੀਆਂ ਕਰਾ ਦੇਣੀਆਂ ਨੇ ਤਸੱਲੀਆਂ, ਮਾਸ਼ਾਅੱਲਾ ਅਰਵਿੰਦ ਨੇ ਪੜ੍ਹਨੀ, ਪਿਛਲੇ ਖੁਰ ਧੋਤੇ ਹੋਏ ਨੇ ਮਾਸ਼ਾਅੱਲਾ, ਅਤੇ ਤੀਜਾ ਖੁਰ ਵੀ ਧੋਤਾ ਹੋਇਆ, ਲੈਣ ਦੇਣ ਹੁੰਦੇ ਨੇ ਮੁਕੱਦਰ, ਕੱਚ ਦਾ ਬਣਿਆ ਖਲੋਣਾ, ਬਰੀਕ ਧਾਗੇ ਰੰਗੀ ਪੂਛ, ਚਿੱਟੀਆਂ ਸਫੈਦ ਅੱਖਾਂ, ਵਿੱਚ ਇੱਕ ਅੱਖ 'ਚ ਥੋੜ੍ਹਾ ਜਿਹਾ ਜਵਾਬ ਦਾ ਨਿਸ਼ਾਨ, ਨਿੱਕੀ ਨਿੱਕੀ ਸਿੰਗੀ, ਮੱਥੇ ਤੋਂ ਹੈਗੀ ਹੈ ਬੱਲੇ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਚੰਗੇ ਕੱਦਾਂ ਕਾਠਾਂ ਦੀ ਮਾਲਕ ਹੈ, ਲੈਣ ਦੇਣ ਹੁੰਦੇ ਨੇ ਮੁਕੱਦਰ, ਛੱਡੀ ਬਾ, ਅਤੇ ਮਾਸ਼ਾਅੱਲਾ ਬੜਾ ਪਾਵਰ ਵਾਲਾ ਗੁੱਲਾ ਹੈ, ਜਿਵੇਂ ਮਾਸ਼ਾਅੱਲਾ ਕੇਲੇ ਦੀਆਂ ਛੱਲੀਆਂ ਹੁੰਦੀਆਂ ਨੇ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਧੁੰਨੀ ਕੌਲੀ ਦਾ ਨਾਮੋ ਨਿਸ਼ਾਨ ਨਹੀਂ। ਇਹ ਜੀ ਝੋਟੀ ਨੰਬਰ ਹੈਗੀ ਹੈ 2, ਅਤੇ ਇਹਦੀ ਡਿਟੇਲ ਲੈਂਦੇ ਹੁਣ ਭਾਈ ਯੂਸਫ ਤੋਂ। ਜੀ ਭਾਈ ਯੂਸਫ, ਇਹ ਵੀ 3 ਮਹੀਨੇ ਦੀ ਗੱਬਣ ਹੈ ਝੋਟੀ ਨੰਬਰ 2? 3 ਮਹੀਨੇ ਦੀ। ਅੱਛਾ ਜੀ, 3 ਮਹੀਨਿਆਂ ਦੀ ਗੱਬਣ, ਗਰੰਟੀ ਸ਼ੁਦਾ? ਜੇ ਕੋਈ ਵੀਰ ਚਾਹੇ ਤਾਂ ਆ ਚੈੱਕ ਕਰਾ ਲਿਆ, ਠੀਕ ਹੋ ਗਿਆ ਜੀ। 3 ਮਹੀਨਿਆਂ ਦੀ ਜੀ ਗਰੰਟੀ ਸ਼ੁਦਾ ਗੱਬਣ ਹੈ, ਅਤੇ ਦੁੱਧ ਕਿੰਨਾ ਭਾਈ? ਦੁੱਧ ਹੈਗਾ 5 ਕਿਲੋ, 2 ਟਾਈਮ। ਅੱਛਾ ਜੀ, 5 ਲੀਟਰ ਇਹਦੇ ਕੋਲ ਦੁੱਧ ਹੈਗਾ, 2 ਟਾਈਮਾਂ ਦਾ 2.5 ਕਿਲੋ। ਹਾਂ ਅੱਛਾ ਜੀ, 2.5 ਲੀਟਰ ਇਹਦੇ ਕੋਲ ਦੁੱਧ ਹੈ, 3 ਮਹੀਨਿਆਂ ਦੀ ਗੱਬਣ ਹੈ। ਵਾਰਾ ਇਹਨੂੰ ਕਿਨੂੰ ਭਾਈ? ਇਹ ਵੀ ਪਹਿਲਾਂ ਝੋਟੀ ਹੈ। ਅੱਛਾ ਜੀ, ਪਹਿਲਾ ਵਾਰਾ ਇਹਨੂੰ, ਯਾਨੀ ਕਿ ਦੂਜਾ ਇਹਨੇ ਸੁਣਿਆ। ਹਾਂਜੀ, ਅੱਛਾ ਪਹਿਲਾ ਵਾਰਾ ਹੈਗਾ, ਅਤੇ ਮਾਸ਼ਾਅੱਲਾ ਇਹਦੇ ਕੀ ਹੁਣ ਪਿਆਰ ਮੁਹੱਬਤ ਝੋਟੀ ਨੰਬਰ 2? ਇਹਦਾ 3,30,000 ਰੁਪਏ। ਅੱਛਾ, 3,30,000 ਰੁਪਈਆ ਇਹਦੀ ਡਿਮਾਂਡ ਹੈ, ਅਤੇ ਇਹਦੇ ਜੋ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਕਰਨਾ। ਅੱਛਾ, 10,000 ਰੁਪਈਆ ਇਹਦੇ ਜੋ ਪਿਆਰ ਮੁਹੱਬਤ ਹੋਵੇਗਾ, 3,20,000 ਰੁਪਈਆ ਫਾਈਨਲ ਰੇਟ ਹੈਗਾ ਝੋਟੀ ਨੰਬਰ 2 ਦਾ। ਝੋਟੀ ਨੰਬਰ 3 ਦੀਆਂ ਕਰਾ ਦੇਣੀਆਂ ਤਸੱਲੀਆਂ, ਮਾਸ਼ਾਅੱਲਾ ਮੱਥੇ ਤੋਂ ਹੈਗੀ ਇਹ ਬੱਲੇ, ਚਿੱਟੀਆਂ ਸਫੈਦ ਅੱਖਾਂ ਨੇ, ਅਤੇ ਮਾਸ਼ਾਅੱਲਾ ਇਹ ਦਾਗ ਸ਼ਾਗ ਲੱਗੇ ਹੋਏ ਨੇ ਪੱਟ 'ਤੇ, ਚਰਨ ਫਿਰਨ ਵਾਲੀ ਝੋਟੀ ਹੈ, ਪਿਓਰ ਦਰਿਆ ਦੀ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਬਰੀਕ ਧਾਗੇ ਰੰਗੀ ਪੂਛ, ਧੁੰਨੀ ਕੌਲੀ ਦਾ ਨਾਮੋ ਨਿਸ਼ਾਨ ਨਹੀਂ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਛੱਡੋ ਭਾਜੀ, ਝੋਟੀ ਨੰਬਰ ਜੀ 3। ਲੈਣ ਦੇਣ ਹੁੰਦੇ ਨੇ ਮੁਕੱਦਰ, ਲੈਣੇ ਸਾਡੇ ਉਸ ਵੀਰ ਨੇ ਜਿਹਨੂੰ ਹੀ ਮੁਕੱਦਰਾਂ 'ਚ ਚੱਲਦੀਆਂ ਫਿਰਦੀਆਂ ਦੋਸਤਾਂ ਮੇਰੇ ਭਰਾਵਾਂ ਦੇ ਸਾਹਮਣੇ ਹੈ। ਇਹ ਜੀ ਝੋਟੀ ਨੰਬਰ 3, ਅਤੇ ਬਰੀਕ ਧਾਗੇ ਰੰਗੀ ਪੂਛ ਹੈ, ਅਤੇ ਮਾਸ਼ਾਅੱਲਾ ਦਾਸ਼ਕ ਲੱਗੇ ਹੋਏ ਨੇ, ਅਤੇ ਬੜਾ ਪਾਵਰ ਵਾਲਾ ਗੁੱਲਾ ਹੈ, ਮੋਟਾ ਮੋਟਾ ਗੁੱਲਾ ਹੈ, ਅਤੇ ਹੁਣ ਇਹਦੀ ਡਿਟੇਲ ਲੈਂਦੇ ਹਾਂ ਭਾਈ ਯੂਸਫ ਤੋਂ। ਜੀ ਭਾਈ, ਮੁਕੱਦਰ 2,45,000 ਰੁਪਇਆ ਫਾਈਨਲ ਰੇਟ ਹੈਗਾ ਝੋਟੀ ਨੰਬਰ 3 ਦਾ। ਝੋਟੀ ਨੰਬਰ 4 ਦੀਆਂ ਕਰਾ ਦੇਣੀਆਂ ਤਸੱਲੀਆਂ, ਮਾਸ਼ਾਅੱਲਾ ਹਰ ਬੰਦੇ ਨੇ ਪੜ੍ਹਨੀ, ਮਾਸ਼ਾਅੱਲਾ ਬਰੀਕ ਧਾਗੇ ਰੰਗੀ ਪੂਛ, ਅਤੇ ਬੜਾ ਪਾਵਰ ਵਾਲਾ ਗੁੱਲਾ, ਝੋਟੀ ਨੰਬਰ ਹੈਗੀ ਹੈ 4, ਕੱਚ ਦਾ ਬਣਿਆ ਖਿਲਾਉਣਾ, ਅਤੇ ਮਾਸ਼ਾਅੱਲਾ ਕੁੰਡਾ ਸਿੰਘ ਮੋੜ ਕੇ ਮੱਥੇ 'ਤੇ ਰੱਖੀ ਖੜੀ ਹੈ, ਇੱਕ ਅੱਖ ਸਫੈਦ ਹੈ, ਇੱਕ ਕਾਲੀ। ਲੈਣ ਦੇਣ ਹੁੰਦੇ ਨੇ ਮੁਕੱਦਰ, ਲੈਣੇ ਆ ਸਾਡੇ ਉਸ ਵੀਰ ਨੇ ਜਿੰਦੇ ਹੋਈਆਂ ਮੁਕੱਦਰਾਂ 'ਚ, ਕੈਮਰਾ ਮੈਂ ਤਸੱਲੀਆਂ ਕਰਾ ਦੇਣੀਆਂ ਨੇ, ਅਤੇ ਮਾਸ਼ਾਅੱਲਾ ਬੜਾ ਪਾਵਰ ਵਾਲਾ ਥਾਂ ਨੇ, ਲੈਣ ਦੇਣੇ ਮੁਕੱਦਰ। ਬਾਕੀ ਡਿਟੇਲ ਲੈਣੇ ਆ ਭਾਈ ਯੂਸਫ ਤੋਂ। ਜੀ ਭਾਈ, ਝੋਟੀ ਨੰਬਰ 4 ਵਿਹਲੀ ਹੈ? ਅੱਛਾ ਜੀ, ਵਿਹਲੀ ਹੈ, ਅਤੇ ਕਿੰਨਾ ਦੁੱਧ ਇਹਦੇ ਕੋਲ? 6 ਤੋਂ 7 ਕਿਲੋ। ਅੱਛਾ, 6 ਤੋਂ 7 ਲੀਟਰ ਦੁੱਧ ਹੈਗਾ, 6 ਮਨਾਉਣੇ ਦਾ ਜਾਂ 7 ਮਨਾਉਣੇ ਦਾ? 6 ਮਨਾਉਣਾ। ਅੱਛਾ, 6 ਲੀਟਰ ਇਹਦੇ ਕੋਲ ਦੁੱਧ ਹੈਗਾ ਜੀ, 2 ਟਾਈਮਾਂ ਦਾ, ਅਤੇ ਅੱਗੇ ਹੈਗੀ ਹੈ ਫੰਡਰ, ਅਤੇ ਵਾਰਾ ਇਹਨੂੰ ਕਿਨੂੰ ਆਈ? ਇਹ ਤੀਜਾ ਸੁਣਾ। ਅੱਛਾ, ਵਾਰਾ ਇਹਨੇ ਸੁਣਾ ਜੀ ਤੀਜਾ, ਅਤੇ ਕੀ ਮੁਹੱਬਤਾਂ ਦੀ ਡਿਮਾਂਡ ਜੀ? ਇਹਦਾ 2,40,000। 2,40,000 ਰੁਪਇਆ ਦੀ ਡਿਮਾਂਡ ਹੈ, ਅਤੇ ਇਹਦੇ ਜੋ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਰੁਪਇਆ ਇਹਦੇ ਜੋ ਪਿਆਰ ਮੁਹੱਬਤ ਹੋਵੇਗਾ, ਅਤੇ ਫਾਈਨਲ ਜਿਹੜਾ ਰੇਟ ਹੈਗਾ 2,30,000 ਰੁਪਇਆ ਫਾਈਨਲ ਰੇਟ ਹੈਗਾ ਝੋਟੀ ਨੰਬਰ 4 ਦਾ। ਚੱਲਦੀ ਫਿਰਦੀ ਦੋਸਤਾਂ ਵੀਰਾਂ ਭਰਾਵਾਂ ਦੇ ਸਾਹਮਣੇ, ਸਾਡੇ ਦੋਸਤ ਵੀ ਭਰਾ ਇਹਨਾਂ ਕਹਿਣ, ਇਹਦੇ ਪੈਰ 'ਚ ਕੰਡਾ ਹੈ, ਇਹ ਲੰਗਾ ਕਰਦੀ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ,
ਝੋਟੀ ਨੰਬਰ 5 ਦੀਆਂ ਕਰਾ ਦੇਣੀਆਂ ਤਸੱਲੀਆਂ। ਮਾਸ਼ਾਅੱਲਾ ਬੰਦੇ ਨੇ ਪੜ੍ਹਨੀ, ਮਾਸ਼ਾਅੱਲਾ ਫੁੱਲ ਖੂਨ ਪਿੱਚ, ਇੱਕ ਹੱਡੀ ਦੀ ਮਾਲਕ ਹੈ ਅਤੇ ਮਾਸ਼ਾਅੱਲਾ ਬੜਾ ਪਾਵਰ ਵਾਲਾ ਗੁੱਲ ਹੈ, ਛੁਹਾਰੇ ਵਾਲਾ ਥਣ ਲੱਗਿਆ ਆ, ਬਰੀਕ ਧਾਗੇ ਰੰਗੀ ਪੂਛ ਹੈ, ਲੈਣਦੇ ਨੇ ਮੁਕੱਦਰ, ਅਤੇ ਮਾਸ਼ਾਅੱਲਾ ਨਿੱਕੀ ਨਿੱਕੀ ਸਿੰਗੀ ਹੈ, ਹੱਥ ਰੱਖਿਆ ਸਿੰਗੀ ਲੁਕਦੀ ਹੈ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਝੋਟੀ ਨੰਬਰ ਹੈਗੀ ਜੀ 5, ਅਤੇ ਇਹਦੀ ਹੁਣ ਡਿਟੇਲ ਲੈਂਦੇ ਹਾਂ ਭਾਈ ਯੂਸਫ ਤੋਂ। ਜੀ ਭਾਈ ਯੂਸਫ, ਇਹ ਗੱਬਾ 5 ਪੂਰੇ 6 ਸ਼ੁਰੂ ਹੋਈ। ਹਾਂਜੀ, 5 ਮਹੀਨੇ ਮੁਕੰਮਲ ਨੇ, 6 ਇਹਨੂੰ ਸ਼ੁਰੂ ਹੈ, ਅਤੇ ਦੁੱਧ ਇਹਨਾਂ ਕੋਲ ਕਿੰਨਾ ਜੀ? ਅੱਛਾ ਜੀ, ਦੁੱਧ ਕੋਣੀ ਥਣ ਪਾਸ ਕਰਾਂ ਦੀ ਹੈ, ਝੋਟੀ ਨੰਬਰ 5। ਜੀ ਭਾਜੀ ਕੀ ਡਿਮਾਂਡ? 3 ਲੱਖ ਰੁਪਈਆ। ਅੱਛਾ ਜੀ, 3.5 ਲੱਖ, ਝੋਟੀ ਨੰਬਰ 5 3.5 ਲੱਖ ਰੁਪਈਆ ਡਿਮਾਂਡ ਹੈ, ਅਤੇ ਇਹਦੀ ਜੋ ਪਿਆਰ ਮੁਹੱਬਤ ਕਿੰਨਾ ਕਰੇਗਾ? 10,000। ਅੱਛਾ ਜੀ, 10,000 ਰੁਪਈਆ ਜੋ ਪਿਆਰ ਮੁਹੱਬਤ ਹੋਵੇਗਾ, 3,00,000 ਅਤੇ 40,000 ਰੁਪਈਆ ਫਾਈਨਲ ਰੇਟ ਹੈਗਾ ਝੋਟੀ ਨੰਬਰ 5 ਦਾ। ਅੱਗੇ ਕਿਵੇਂ ਦੱਸੀ ਭਾ? ਅੱਗੇ ਕਿਵੇਂ ਦੱਸੀ? ਗੱਬਣ ਗੱਬਣ ਕਿੰਨੇ ਮਹੀਨੇ ਦੀ? 5 ਪੂਰੇ 6। ਅੱਛਾ ਜੀ, 5 ਪੂਰੇ ਅਤੇ 6 ਸ਼ੁਰੂ, ਝੋਟੀ ਨੰਬਰ ਜਿਹੜੀ ਹੈ 5 ਹੈਗੀ। ਅੱਛਾ ਜੀ, ਝੋਟੀ ਨੰਬਰ 6 ਦੀਆਂ ਕਰਾ ਦੇਣੀਆਂ ਥੱਲੀਆਂ। ਕਿੰਗਰੀ ਵਾਲਾ ਸਿੰਗ ਲੱਗਿਆ ਹੋਇਆ ਮਾਸ਼ਾਅੱਲਾ, ਇੱਕ ਅੱਖ ਚਿੱਟੀ ਹੈ ਅਤੇ ਇੱਕ ਕਾਲੀ ਹੈ, ਮੱਥੇ ਤੋਂ ਹੈਗੀ ਹੈ ਬੱਲੇ, ਅਤੇ ਚੱਪਾ ਚੱਪਾ ਉੱਥੇ ਪਸ਼ਮ ਹੈ, ਘੋੜੇ ਦੇ ਸੁੰਬਾ ਰੰਗੇ ਪੈਰ, ਅਤੇ ਅੱਲਾ ਤਾਲਾ ਬੜਾ ਪਾਵਰ ਵਾਲਾ ਗੁੱਲਾ ਲਾਇਆ, ਮੋਟਾ ਮੋਟਾ ਗੁੱਲਾ, ਇੱਕ ਅੱਡੀ ਦੀ ਮਾਲਕ ਹੈ ਮਾਸ਼ਾਅੱਲਾ, ਫੁੱਲ ਖੂਨ ਪਿੱਚ। ਅਤੇ ਜੀ ਝੋਟੀ ਨੰਬਰ ਹੈਗੀ ਹੈ 6 ਕਰਾ ਦੇਣੀਆਂ ਤਸੱਲੀਆਂ, ਅਤੇ ਮਾਸ਼ਾਅੱਲਾ ਰਬ ਨੇ ਪੜ੍ਹੀ, ਮਾਸ਼ਾਅੱਲਾ ਮੱਥੇ ਤੋਂ ਹੈਗੀ ਹੈ ਬੱਲੇ। ਜੀ ਭਾਈ, ਝੋਟੀ ਨੰਬਰ 6 ਇਹ ਵੀ 5 ਪੂਰੇ 6 ਸ਼ੁਰੂ। ਅੱਛਾ ਜੀ, 5 ਮਹੀਨੇ ਮੁਕੰਮਲ ਨੇ, 6 ਮਹੀਨਾ ਸ਼ੁਰੂ ਹੈਗਾ। ਅੱਛਾ ਜੀ, ਤਾਂ ਵਾਰਾ ਕਿਨੂੰ ਆਈ? ਵਾਰਾ ਪਹਿਲਾਂ। ਅੱਛਾ ਜੀ, ਪਹਿਲਾ ਵਾਰਾ, ਅਤੇ ਦੂਜਾ ਇਹਨੇ ਸੁਣਿਆ, ਅਤੇ ਦੁੱਧ ਕਿੰਨਾ ਕੋਲ? ਦੁੱਧ ਹੈ ਨਹੀਂ ਇੱਥੇ। ਦੁੱਧ ਕੋਣੀ ਦਾ ਜੀ, ਥਣ ਪਾਸ ਕਰਾਉਣ ਦੀ ਲੈਣ ਦੇਣ ਦੇ ਮੁਕੱਦਰ, ਕੀ ਇਹਦੀ ਮੁਹੱਬਤਾਂ ਦੀ ਡਿਮਾਂਡ? ਝੋਟੀ ਨੰਬਰ 6 3,30,000। ਅਸੀਂ 3,00,000 ਅਤੇ 30,000 ਰੁਪਈਆ ਦੀ ਡਿਮਾਂਡ ਹੈ, ਅਤੇ ਜਿਹਦੇ 'ਚੋਂ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਕਰਨਾ। 10,000 ਰੁਪਈਆ ਦੀ ਜੋ ਪਿਆਰ ਮੁਹੱਬਤ ਹੋਵੇਗਾ, 3,00,000 ਅਤੇ 20,000 ਰੁਪਈਆ ਫਾਈਨਲ ਰੇਟ ਹੈ ਝੋਟੀ ਨੰਬਰ 6 ਦਾ, ਅਤੇ ਝੋਟੀ ਨੰਬਰ 7 ਦੀਆਂ ਕਰਾ ਦੇਣੀਆਂ ਤਸੱਲੀਆਂ। ਅੱਛਾ ਜੀ, ਅੱਛਾ, ਝੋਟੀ ਨੰਬਰ 7 ਦੀਆਂ ਕਰਾ ਦੇਣੀਆਂ ਤਸੱਲੀਆਂ। ਮਾਸ਼ਾਅੱਲਾ ਚਿੱਟੀਆਂ ਸਫੈਦ ਅੱਖਾਂ ਨੇ, ਵਿੱਚ ਜਵਾਬ ਦੇ ਨਿਸ਼ਾਨ, ਕੁੰਡਾ ਸਿੰਘ ਮੋੜ ਕੇ ਮੱਥੇ ਰੱਖੀ ਖੜੀ, ਅਤੇ ਲੈਣ ਦੇਣ ਉਹਦੇ ਨਾਲ ਮੁਕੱਦਰ ਹੈ, ਕਿੰਗਰੀ ਵਾਲਾ ਸਿੰਗ ਲੱਗਿਆ ਹੋਇਆ, ਅਤੇ ਮਾਸ਼ਾਅੱਲਾ ਬੜਾ ਪਾਵਰ ਵਾਲਾ ਗੁੱਲਾ ਹੈ, ਮੋਟਾ ਮੋਟਾ ਗੁੱਲਾ ਹੈ, ਅਤੇ ਵਿਰਲਾਂ ਦੇ ਨਾਲ ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਲੈਣ ਦੇਣ ਮੁਕੱਦਰ ਲੈਣੀਆਂ ਸਾਡੇ ਉਸ ਵੀਰ ਨੇ, ਜਿੰਦੇ ਹੋਈਆਂ ਮੁਕੱਦਰਾਂ 'ਚ, ਘੋੜੇ ਦੇ ਸੁੰਬਾ ਰੰਗੇ ਪੈਰ, ਝੋਟੀ ਨੰਬਰ ਹੈਗੀ ਹੈ ਜੀ 7। ਜੀ ਭਾਜੀ, ਝੋਟੀ ਨੰਬਰ 7 ਇਹ ਵੀ 4 ਮੁਕੰਮਲ ਹੈ। ਅੱਛਾ ਜੀ, 4 ਮਹੀਨੇ ਦੀ ਮੁਕੰਮਲ ਹੈ, ਡਾਕਟਰ ਪਾਸ? ਪਾਸ। ਅੱਛਾ ਜੀ, ਵਾਰਾ ਕਿਨੂੰ ਆਈ? ਵਾਰਾ ਤੀਜਾ। ਅੱਛਾ ਜੀ, ਵਾਰਾ ਤੀਜਾ, 4 ਮਹੀਨਿਆਂ ਦੀ ਡਾਕਟਰ ਪਾਸ ਹੈ, ਅਤੇ ਦੁੱਧ ਕਿੰਨਾ ਦੇ ਕੋਈ? ਦੁੱਧ 6 ਕਿਲੋ। ਅਸੀਂ ਦੁੱਧ ਹੈਗਾ 6 ਲੀਟਰ, ਇੱਕ ਟਾਈਮ ਦਾ ਦਊਂਗਾ, ਦੋ ਟਾਈਮਾਂ ਦਾ 6 ਲੀਟਰ ਦੁੱਧ ਹੈ, ਅਤੇ ਵਾਰਾ ਇਹਨੂੰ ਹੈਗਾ ਜੀ, ਵਾਰਾ ਕਿਨੂੰ? ਤੀਜਾ ਵਾਰਾ ਇਹਨੇ ਸੁਣਿਆ, 2 ਸੂਈ ਹੈ, ਅਤੇ ਕੀ ਮੁਹੱਬਤਾਂ ਦੀ ਡਿਮਾਂਡ? ਝੋਟੀ ਨੰਬਰ 7 3,00,000। ਅਸੀਂ 3,50,000 ਰੁਪਈਆ ਇਹਦੀ ਡਿਮਾਂਡ ਹੈ, ਅਤੇ ਇਹਦੇ 'ਚ ਪਿਆਰ ਮੁਹੱਬਤ ਕਿੰਨਾ ਜੀ? 10,000। ਅਸੀਂ 10,000 ਰੁਪਈਆ ਇਹਦੇ 'ਚ ਪਿਆਰ ਮੁਹੱਬਤ ਹੋਏਗਾ, 3,00,000 ਅਤੇ 40,000 ਰੁਪਈਆ ਫਾਈਨਲ ਰੇਟ ਹੈ ਝੋਟੀ ਨੰਬਰ 7 ਦਾ। ਅਤੇ 8 ਡੰਗਰ ਕਿਹੜਾ? 8 ਵੇਖ ਗਿਆ ਉਹ ਚੈੱਕ ਕਰਾਉਣਾ। ਚਲੋ ਸਹੀ ਹੈ, ਲਓ ਜੀ 8 ਵੇਖ ਗਿਆ ਹੈਗਾ, 7 ਡੰਗਰ ਨੇ ਜਿਹੜੇ ਸਾਡੇ 2 ਸਵੀਰ ਭਰਾ ਨੂੰ, ਇਹਨਾਂ 7 ਨੰਬਰਾਂ ਤੋਂ ਜਿਹੜਾ ਜਿਹੜਾ ਨੰਬਰ ਹੋਵੇਗਾ ਪਾਸ, ਉਹ ਆਪਣੇ ਨਾਲ ਕਰ ਲੈਂਦੇ ਰਾਬਤਾ। ਆਪਣਾ ਵਟਸਐਪ ਨੰਬਰ ਹੁੰਦਾ 0300-42-60-285, ਇਹੋ ਵਟਸਐਪ ਅਤੇ ਈਮੋ ਦਾ ਨੰਬਰ ਹੈ, ਇਸੇ ਨੰਬਰ 'ਤੇ ਰਾਬਤਾ ਕਰਨਾ। ਮਿਲਾਂਗੇ ਇੱਕ ਬਿਹਤਰੀਨ ਵੀਡੀਓ ਨਾਲ, ਆਪਣੇ ਮੇਜ਼ਬਾਨ ਮੰਚਵੇ ਨੂੰ ਦੇਣੀ ਇਜਾਜ਼ਤ, ਮਾਰਨੇ ਨਾਰਾ, ਅੱਲਾ ਨਿਗੇਬਾਨ, ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ।